ਨਿਤੀਏ ਆ ਜਾ। ਕੀ ਹੋ ਗਿਆ ਬੇਬੇ? ਮੈਂ ਤੇ ਨਾ ਤੂੰ ਤੰਗ ਆ। ਕਿਉਂ, ਕੀ ਹੋਇਆ? ਬੇਬੇ ਪਤਾ ਨਹੀਂ ਕਿਹੜੀਆਂ ਫਰੈਂਡਾਂ ਨੇ ਇਹਨਾਂ ਦੀਆਂ, ਜਿਨ੍ਹਾਂ ਫੋਨ 'ਤੇ ਹੱਸ ਹੱਸ ਕੇ ਗੱਲਾਂ ਕਰਦੇ ਰਹਿੰਦੇ, ਵੇਲੇ ਇੱਕ ਵੇਲੇ ਉਹਨਾਂ ਨੂੰ ਮਿਲਣ ਤੁਰ ਜਾਂਦੇ। ਬੇਬੇ ਮੈਂ ਲੱਗ ਕੋਸ਼ਿਸ਼ ਕੀਤੀ ਕਿ ਮੈਂ ਸ਼ੱਕ ਨਾ ਕਰਾਂ, ਪਰ ਹੁਣ ਬੰਦੇ ਨੂੰ ਸ਼ੱਕ ਹੋ ਹੀ ਜਾਂਦਾ। ਖਸਮਾਂ ਨੂੰ ਖਾਣੀਆਂ ਧੀਏ, ਬੰਦੇ ਅਤੇ ਤੀਵੀਂ ਦਾ ਝਗੜਾ ਤਾਂ ਮੁੱਢ ਕਦੀਮ ਤੋਂ ਰਿਹਾ ਹੈ। ਨਾਲ ਕਿਹੜੀ ਜਨਾਨੀ ਹੈ ਜਿਹੜੀ ਆਪਦੇ ਖਸਮ ਤੋਂ ਸੁਖੀ ਹੈ? ਨਹੀਂ ਕਿਉਂ ਸੰਤੀਏ? ਆਹੋ ਬੇਬੇ, ਮੈਂ ਤਾਂ ਰੋਜ਼ ਝਾਂਬੀ ਲਾਉਂਦੀ ਹਾਂ, ਮੋਇਆ ਡੱਟ ਵਾਂਗ ਬੋਤਲ 'ਚ ਹੀ ਵੜਿਆ ਰਹਿੰਦਾ, ਬੁੱਚੜ ਜਿਹਾ ਕਿਸੇ ਥਾਂ ਦਾ। ਹੁਣ 2 ਮਹੀਨੇ ਹੋ ਗਏ ਮੈਂ ਤਾਂ ਇਹਨਾਂ ਨੂੰ ਬੁਲਾਉਣਾ ਹੀ ਛੱਡਤਾ। ਜੱਪੀਆਂ ਭਾਵੇਂ 50 ਪਾ ਲਈਏ, ਸੋਹ ਲੱਗੇ ਜੇ ਮੈਂ ਇਹਨਾਂ ਨਾਲ ਗੱਲ ਵੀ ਕੀਤੀ ਹੋਵੇ। ਗੱਲ ਸੁਣਦੀ ਹੈ, ਤੂੰ ਫਿਕਰ ਨਾ ਕਰ, ਸਭ ਕੁਝ ਠੀਕ ਠਾਕ ਹੋ ਜੂਗਾ। ਤੂੰ ਇੱਕ ਗਾਣਾ ਸੁਣ, ਤੇਰਾ ਮੂਡ ਠੀਕ ਹੋ ਜੂ। ਨਹੀਂ ਨਿੱਕੀਏ, ਨਹੀਂ ਉਹ ਕੀ ਕਹਿੰਦੀਆਂ ਹੋਣੀਆਂ ਤੁਸੀਂ ਅੰਗਰੇਜ਼ੀ 'ਚ? ਬੇਬੇ ਕੀਪ ਕਾਮ ਐਂਡ ਲਿਸਨ ਟੂ ਦਿਲਜੀਤ ਦੁਸਾਂਝ। ਯਾਹੋ, ਬੜਾ ਕਿਊਟੂ ਜਿਹਾ ਮੁੰਡਾ ਹੈ, ਨੀ ਬਿਲਕੁਲ ਤੇਰੇ ਪਾਪੇ ਵਰਗਾ, ਉਹਦਾ ਗਾਣਾ ਸੁਣ। ਨੀ ਕੁੜੀਓ, ਨੀ ਆ, ਨੀ ਨੀ ਆ, ਭੱਜੋ ਸਾਰੀਆਂ, ਨੀ ਇਸ ਚੁਬਾਰੇ ਨੂੰ ਬਣਾ ਦਈਏ ਆਪਾਂ ਡਿਸਕੋ। ਲੈਂਬਰਗਿਨੀ ਤੇ ਕਿੱਥੇ ਲਾਉਂਦਾ ਫਿਰੇ ਕਿਹੜੀਆਂ ਜਰੀਆਂ ਨੀ ਚਾਹੁੰਦੀਆਂ ਫਰੈਂਡ ਮੈਥੋਂ ਤੇਰੀਆਂ। ਲੈਂਬਰਗਿਨੀ ਤੇ ਕਿੱਥੇ ਲਾਉਂਦਾ ਫਿਰੇ ਕਿਹੜੀਆਂ ਜਰੀਆਂ ਨੀ ਚਾਹੁੰਦੀਆਂ ਫਰੈਂਡ ਮੈਥੋਂ ਤੇਰੀਆਂ। ਵੇ ਪੋਟਾ ਪੋਟਾ ਪਿੰਜਿਆ ਪਿਆ, ਹਾਏ ਪਿੰਜਿਆ ਜਾਂਦਾ ਏ ਜਿਵੇਂ ਰੂਹ, ਦਿਲ ਤੇਰਾ ਕਾਲਾ ਮੁੰਡਿਆ, ਭਾਵੇਂ ਚੰਨ ਤੋਂ ਸਮੱਖਾ ਤੇਰਾ ਮੂੰਹ, ਵੇ ਦਿਲ ਤੇਰਾ ਕਾਲਾ ਮੁੰਡਿਆ, ਭਾਵੇਂ ਚੰਨ ਤੋਂ ਸਮੱਖਾ ਤੇਰਾ ਮੂੰਹ। ਦਾਰ
ਨੀ ਪਤੰਦਰਾ ਤੂੰ ਗਦਲ ਤੇਰਾ ਕਾਲਾ ਮੁੰਡਿਆ ਚੰਨ ਤੋਂ ਸਮੱਖਾ ਤੇਰਾ ਮੂੰਹ ਗਦਲ ਤੇਰਾ ਕਾਲਾ ਮੁੰਡਿਆ ਚੰਨ ਤੋਂ ਸਮੱਖਾ ਤੇਰਾ ਮੂੰਹ ਗਗਨ ਸਿਮਰਨ ਤੇ ਬੀਤੀ ਉਹ ਖੁਸ਼ ਹੈ ਹੁਣ ਹੁਣ ਤੇ ਨੀ ਨਾ ਕਰੇਗੀ ਸ਼ੱਕ ਤੇ ਦਿਲ ਕੌਣ ਓਹੋ ਮੈਂ ਭੁੱਲ ਹੀ ਗਿਆ ਉਹ ਆਪਣੇ ਦਿਲਜੀਤ ਉਹ ਦਸਾਂਝ ਉਹ ਆ ਜਾ ਭਾਈ ਮਿਲ ਲੈ ਤੂੰ ਵੀ ਭਾਬੀ ਨੂੰ ਆ ਜਾ ਲੋ ਮਿਲ ਲੋ ਅਸੀਂ ਦੰਦੀਆਂ ਦਾ ਕੱਢ ਚੱਲ ਫੋਟੋ ਕਰਾ ਸਾਡੀ ਫੈਮਿਲੀ ਨਾਲ ਸੋਰੀ